ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕਾਂ ਦੀ ਰਾਖੀ ਲਈ ਅਤੇ ਕੇਂਦਰ ਸਰਕਾਰ ਵੱਲੋਂ ਤਿਆਰ ਕੀਤੇ ਨਵੇਂ 3 ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਵੱਖ-ਵੱਖ ਤਰੀਕੇ ਨਾਲ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਭਰਾਵਾਂ ਦੇ ਹੱਕ ਵਿੱਚ ਇੱਕ ਨਵਾਂ ਐਲਾਨ ਕੀਤਾ ਗਿਆ, ਜਿਸ ਨੂੰ ਲੈ ਕੇ ਸ਼ਾਹਕੋਟ ਦੀ ਦਾਣਾ ਮੰਡੀ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਸੁਰਿੰਦਰਜੀਤ ਸਿੰਘ ਚੱਠਾ ਦੀ ਅਗਵਾਈ ਵਿੱਚ ਸਮੂਹ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਲੱਡੂ ਵੰਡਦਿਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਅੱਜ ਅਸੀਂ ਖੜੇ ਹਾਂ ਸ਼ਾਹਕੋਟ ਦੀ ਦਾਣਾ ਮੰਡੀ ਵਿੱਚ। ਪਿਛਲੇ ਕੁਛ ਸਮਾਂ ਪਹਿਲਾਂ ਸੈਂਟਰ ਗੌਰਮੈਂਟ ਨੇ ਜਿਹੜਾ ਸੀ ਕਿਸਾਨ ਜਿਹੜਾ ਬਿੱਲ ਪਾਸ ਕੀਤਾ ਸੀ ਪਾਰਲੀਮੈਂਟ ਦੇ ਵਿੱਚ, ਅੱਜ ਪੰਜਾਬ ਸਰਕਾਰ ਨੇ ਆਪਣੀ ਵਿਧਾਨ ਸਭਾ ਦੇ ਵਿੱਚ ਵਿਸ਼ੇਸ਼ ਸਤਰ ਬੁਲਾ ਕੇ ਉਸ ਬਿੱਲ ਨੂੰ ਪੰਜਾਬ ਦੇ ਸੂਬੇ ਵਿੱਚ ਲਾਗੂ ਹੋਣ ਤੋਂ ਰੋਕ ਦਿੱਤਾ ਵਾ। ਸਾਡੇ ਨਾਲ ਮੌਜੂਦ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਚੱਠਾ ਜੀ, ਉਹਨਾਂ ਨਾਲ ਗੱਲਬਾਤ ਕਰਦੇ। ਹਾਂਜੀ ਸਰ, ਕੀ ਤੁਸੀਂ ਕਹਿਣਾ ਚਾਹੋਗੇ ਇਸ ਬਿੱਲ ਬਾਰੇ ਜਿਹੜਾ ਵਿਧਾਨ ਪੰਜਾਬ ਦੇ ਵਿੱਚ ਅੱਜ ਕੈਪਟਨ ਸਾਹਿਬ ਨੇ ਕੀਤਾ? ਅਸੀਂ ਕਹਿਣਾ ਚਾਹੁੰਦੇ ਕਿ ਜੋ ਮੋਦੀ ਸਰਕਾਰ ਨੇ ਇਹ ਕਾਲਾ ਕਾਨੂੰਨ ਸਾਡੇ ਪੰਜਾਬ ਦੀ ਕਿਸਾਨੀ ਦੇ ਖਿਲਾਫ ਬਣਾਇਆ ਸੀ, ਅੱਜ ਕੈਪਟਨ ਅਮਰਿੰਦਰ ਸਿੰਘ ਨੇ ਉਹ ਕੈਬਨਿਟ ਦੇ ਵਿੱਚ ਇੱਕ ਮਤਾ ਪਾਸ ਕਰ ਦਿੱਤਾ ਕਿ ਉਹ ਕਾਨੂੰਨ ਅਸੀਂ ਕਾਲਾ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਲਾਗੂ ਹੋਣ ਦੇਵਾਂਗੇ, ਔਰ ਸਾਡੀ ਉਹਦੇ ਵਿੱਚ ਸਰਕਾਰ ਨੂੰ ਭੰਗ ਕਰਦੇ ਕਰ ਦੇਣ। ਅਸੀਂ ਹਰ ਤਰ੍ਹਾਂ ਦੀ ਸੈਂਟਰ ਦੇ ਨਾਲ ਲੜਾਈ ਲੜਦੇ ਹਾਂ ਅਤੇ ਲੜਦੇ ਰਹਾਂਗੇ। ਪੰਜਾਬ ਦੀ ਕਿਸਾਨੀ ਨੂੰ ਇੱਦਾਂ ਹੀ ਅਸੀਂ ਜਿੰਦਾ ਰੱਖਾਂਗੇ, ਪੰਜਾਬ ਦੀ ਕਿਸਾਨੀ ਨੂੰ ਅਸੀਂ ਬਿਲਕੁਲ ਨਹੀਂ ਰੁਣ ਦੇਵਾਂਗੇ। ਕੈਪਟਨ ਸਾਹਿਬ ਨੇ ਬਹੁਤ ਵੱਡਾ ਇੱਕ ਸਟੈਂਡ ਲਿਆ ਆ, ਇੱਕ ਬਹੁਤ ਦਲੇਰੀ ਦਿਖਾਈ ਆ। ਸੋ ਅੱਜ ਉਸ ਖੁਸ਼ੀ ਦੇ ਵਿੱਚ ਅਸੀਂ ਸ਼ਾਹਕੋਟ ਦੀ ਦਾਣਾ ਮੰਡੀ ਦੇ ਵਿੱਚ ਪਟਾਕੇ ਚਲਾ ਕੇ ਲੱਡੂ ਵੰਡ ਕੇ ਇੱਕ ਖੁਸ਼ੀ ਦਾ ਪ੍ਰਗਟਾਵਾ ਕਰਕੇ ਕਿਸਾਨਾਂ ਵਾਸਤੇ ਦੱਸਿਆ। ਸੋ ਕੈਪਟਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਇੱਕ ਬਹੁਤ ਵੱਡਾ ਸਟੈਂਡ ਲਿਆ। ਕਿੰਨਾ ਕੁ ਸਹਿਯੋਗ ਤੁਹਾਨੂੰ ਮਿਲਿਆ ਜਿਵੇਂ ਆੜ੍ਹਤੀ ਵਰਗ ਤੋਂ ਜਾਂ ਕਿਸਾਨ ਵਰਗ ਤੋਂ ਵੀ, ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਇਹ ਬਿੱਲ ਪੰਜਾਬ ਸੂਬੇ ਵਿੱਚ ਲਾਗੂ ਹੋਣ ਮਤਲਬ ਨਾ ਹੋਣ ਲਈ ਜਿਹੜਾ ਮਤਾ ਜਿਹੜਾ ਉਹਨਾਂ ਨੇ ਪਾਸ ਕੀਤਾ ਵਾ, ਉਹਦੇ ਲਈ ਬਹੁਤ ਸਾਨੂੰ ਸਹਿਯੋਗ ਮਿਲਿਆ ਆੜ੍ਹਤੀਆਂ ਵੱਲੋਂ ਵੀ, ਕਿਸਾਨਾਂ ਵੱਲੋਂ ਵੀ ਔਰ ਮਜ਼ਦੂਰਾਂ ਵੱਲੋਂ ਵੀ। ਇਸ ਦੇ ਨਾਲ ਇਕੱਲੀ ਕਿਸਾਨੀ ਦੇ ਨਾਲ ਹੀ ਜੋ ਕਿ ਸਾਡਾ ਪੰਜਾਬ ਪੂਰਾ ਜੁੜਿਆ ਹੋਇਆ ਆ, ਸਾਡੀ ਜਿਹਦੇ ਨਾਲ ਆੜ੍ਹਤੀਆਂ ਐਸੋਸੀਏਸ਼ਨ ਜੁੜੀ ਹੋਈ ਆ, ਜਿਹਦੇ ਨਾਲ ਇੱਕ ਬਹੁਤ ਗਰੀਬ ਵਰਗ ਵੀ ਜੁੜਿਆ ਹੋਇਆ ਆ। ਸੋ ਉਹਦੇ ਨਾਲ ਸਾਰਾ ਕੁਛ ਹੀ ਪੰਜਾਬ ਦਾ ਖਤਮ ਹੁੰਦਾ ਸੀਗਾ। ਇਸ ਦੇ ਨਾਲ ਸਾਰਿਆਂ ਨੂੰ ਖੁਸ਼ੀ ਹੋਈ ਆ, ਗਰੀਬਾਂ ਨੂੰ ਜੋ ਸਾਡੇ ਇੱਥੇ ਮੰਡੀਆਂ ਦੇ ਵਿੱਚ ਵਰਕਰ ਕੰਮ ਕਰਦੇ, ਉਹ ਵੀ, ਆੜ੍ਹਤੀਏ ਵੀ, ਕਿਸਾਨ ਵੀ, ਸਾਰਿਆਂ ਦੀ ਚਿਹਰੇ 'ਤੇ ਖੁਸ਼ੀ ਦਿਸਦੀ ਆ ਸਾਨੂੰ ਇਸ ਗੱਲ ਦੀ। ਇਹ ਸੀ ਸਾਡੇ ਨਾਲ ਸੁਰਿੰਦਰ ਸਿੰਘ ਜੀ ਚੱਠਾ ਜੀ, ਚੇਅਰਮੈਨ ਮੈਨਕਮਿਟੀ ਸ਼ਾਹਕੋਟ, ਅਤੇ ਉਹਨਾਂ ਨੇ ਕਿਹਾ ਵੀ ਜਿਹੜਾ ਵਿਧਾਨ ਸਭਾ ਦੇ ਵਿੱਚ ਕੈਪਟਨ ਸਾਹਿਬ ਨੇ ਜਿਹੜਾ ਕਾਨੂੰਨ ਪਾਸ ਕੀਤਾ ਵਾ, ਅਤੇ ਇਹਦੇ ਨਾਲ ਸਾਰਾ ਕਿਸਾਨ ਵਰਗ ਪੰਜਾਬ ਦਾ ਖੁਸ਼ ਵਾ, ਆੜ੍ਹਤੀ ਵਰਗ ਵੀ ਖੁਸ਼ ਵਾ, ਅਤੇ ਅਸੀਂ ਵੀ ਸਾਰੇ ਖੁਸ਼ ਵਾਂ, ਅਤੇ ਸੈਂਟਰ ਗੌਰਮੈਂਟ ਦੇਖਣਾ, ਅਤੇ ਸਾਡੇ ਨਾਲ ਅਜਮੇਰ ਸਿੰਘ ਜੀ ਆ, ਉਹਨਾਂ ਨਾਲ ਗੱਲਬਾਤ ਕਰਦੇ। ਸਰ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਿੱਲ ਬਾਰੇ? ਦੇਖੋ ਜੀ, ਅੱਜ ਬੜਾ ਕਲੀਅਰ ਹੋ ਗਈ ਪਿਕਚਰ ਵੀ ਕੈਪਟਨ ਸਾਹਿਬ ਅਤੇ ਉਹਨਾਂ ਦੀ ਜਿਹੜੀ ਟੀਮ ਹੈ ਪੂਰੀ, ਉਹਦੀ ਕਿਸਾਨਾਂ ਪ੍ਰਤੀ, ਆੜ੍ਹਤੀਆਂ ਪ੍ਰਤੀ, ਖੇਤ ਮਜ਼ਦੂਰ ਅਤੇ ਦੁਕਾਨਦਾਰਾਂ ਪ੍ਰਤੀ ਜੋ ਸਹਿਰਦਤਾ ਉਹਨਾਂ ਦੀ ਸਾਹਮਣੇ ਆਈ ਆ, ਉਹਨਾਂ ਨੇ ਅੱਜ ਫੈਸਲਾ ਲਿਆ ਵੀ ਇਹ ਜਿਹੜਾ ਕਾਲਾ ਕਾਨੂੰਨ ਜੋ ਹੈ ਮੋਦੀ ਨੇ BJP ਨੂੰ ਛੱਡ ਕੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਜੋ ਸਹਿਰਦਤਾ ਦਿਖਾਈ ਔਰ ਕੈਪਟਨ ਸਾਹਿਬ ਨੇ ਜੋ ਮਤਾ ਪਾਸ ਕੀਤਾ, ਉਹਨਾਂ ਨੇ ਇੱਥੋਂ ਤੱਕ ਵੀ ਸੋਚ ਲਿਆ ਵੀ ਮੈਨੂੰ ਅਸਤੀਫਾ ਵੀ ਦੇਣਾ ਪਵੇ, ਮੈਂ ਦੇਣ ਨੂੰ ਤਿਆਰ ਹਾਂ। ਸੋ ਇਹਨਾਂ ਦੀ ਸਹਿਰਦਤਾ ਜੋ ਹੈ ਉਹ ਸਾਹਮਣੇ ਆਈ ਆ, ਉਹ ਕਿਸਾਨ ਪੱਖੀ ਨੇ, ਮਜ਼ਦੂਰ ਪੱਖੀ ਨੇ, ਸਾਰੇ ਸਾਡੇ ਪੰਜਾਬ ਦੇ ਵਰਗ ਦੇ ਪੱਖੀ ਨੇ। ਸਾਡੀ ਕਿਸਾਨੀ ਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਕਿਸਾਨੀ ਪਿਛਲੇ 3 ਮਹੀਨਿਆਂ ਤੋਂ ਰੋਲ ਰਹੀ ਔਰ ਜੋ ਕਾਨੂੰਨ ਪਾਸ ਹੋਇਆ ਸੀ ਉਦੋਂ ਤੋਂ ਇੰਨੇ ਚਿੰਤਤ ਔਰ ਰੇਲਵੇ ਲਾਈਨਾਂ ਦੇ ਉੱਤੇ ਨਾਕੇ ਲਾ ਕੇ ਬੈਠੇ ਵੀ ਇਹਨੂੰ ਵਾਪਸ ਲਿਆ ਜਾਵੇ, ਲੇਕਿਨ ਸਰਕਾਰ ਨੇ ਨਹੀਂ ਸੁਣਿਆ। ਸੋ ਆਫਟਰ ਆਲ, ਸੋ ਇਹਨਾਂ ਦੀ ਸਹਿਰਦਤਾ ਜੋ ਕੈਪਟਨ ਸਾਹਿਬ ਦੀ ਆ ਉਹ ਅੱਜ ਸਾਹਮਣੇ ਆਈ ਆ, ਜਿਹਦੀ ਸਾਨੂੰ ਬਹੁਤ ਖੁਸ਼ੀ ਆ ਵੀ ਉਹਨਾਂ ਨੇ ਆਪਣਾ ਜੋ ਉਹਨਾਂ ਦਾ ਮੈਂ ਕਹੂੰਗਾ ਆਚਰਣ ਆ, ਜੋ ਉਹਨਾਂ ਦਾ ਸ਼ੁਰੂ ਤੋਂ ਲੈ ਕੇ ਪਹਿਲਾਂ ਵੀ ਇੱਕ ਨਾ ਦੇਸ਼ 'ਤੇ ਵਿਪਤਾ ਪਈ ਸੀ ਤਾਂ ਉਹ ਆਪਣੇ ਘਰ ਆ ਗਏ ਸੀ, ਲੇਕਿਨ ਫਿਰ ਵਾਪਸ ਜਾ ਕੇ ਫੌਜ ਦੇ ਵਿੱਚ ਦੁਬਾਰਾ ਮੈਦਾਨੇ ਜੰਗ ਦੇ ਵਿੱਚ ਲੜਨ ਨੂੰ ਫਿਰ ਤਿਆਰ ਹੋ ਗਏ ਸੀ। ਅੱਜ ਵੀ ਮੈਦਾਨੇ ਜੰਗ ਜੋ ਕਿਸਾਨੀ ਲੜ ਰਹੀ ਆ ਉਹਨਾਂ ਦੇ ਨਾਲ ਉਹ ਪ੍ਰਤੀ ਖੜੇ ਨੇ, ਜੇ ਅਸਤੀਫਾ ਵੀ ਦੇਣਾ ਪਿਆ ਉਹਨਾਂ ਨੂੰ ਦੇਣ ਨੂੰ ਉਹ ਤਿਆਰ ਨੇ। ਉਹਨਾਂ ਦੀ ਟੀਮ ਔਰ ਸਾਰੀ ਇੱਕਮੁੱਠ ਹੋ ਕੇ ਜੋ ਅੱਜ ਕੀਤਾ ਹੈ ਸਾਨੂੰ ਕਿਸਾਨੀ ਵਰਗ ਨੂੰ ਬਹੁਤ ਉਸ ਗੱਲ ਦੀ ਖੁਸ਼ੀ ਆ। ਮੈਂ ਇਸ ਗੱਲ 'ਤੇ ਕੈਪਟਨ ਜੀ ਨੂੰ ਮੁਬਾਰਕ ਦਿੰਦਾ, ਭਾਵੇਂ ਉਹਨਾਂ ਨੂੰ ਪਤਾ ਨਹੀਂ ਕਿਹੋ ਜਿਹਾ ਆਉਣ ਵਾਲੇ ਸਮੇਂ 'ਚ ਔਰ ਆਪਾਂ ਨੂੰ ਕਿਹੋ ਜਿਹਾ ਸਾਹਮਣਾ ਕਰਨਾ ਪੈਣਾ, ਲੇਕਿਨ ਅੱਜ ਦੀ ਜੋ ਸਹਿਰਦਤਾ ਹੈ ਉਹ ਇੱਕ ਨਵਾਂ ਮੋੜ ਲੈ ਕੇ ਆਵੇਗੀ। ਇਹ ਸੀ ਸਾਡੇ ਅਜਮੇਰ ਸਿੰਘ ਜੀ, ਉਹਨਾਂ ਨੇ ਕਿਹਾ ਵੀ ਜਿਵੇਂ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਅਸੀਂ ਕਿਸਾਨ ਪੱਖੀ ਹਾਂ, ਮਜ਼ਦੂਰ ਪੱਖੀ ਆ, ਉਹਨਾਂ ਨੇ ਆਪਣਾ ਵਾਅਦਾ ਨਿਭਾਇਆ। ਸਾਡੇ ਨਾਲ ਮੌਜੂਦ ਨੇ ਗੁਰਮੁਖ ਸਿੰਘ ਜੀ ਕੋਟਲਾ ਜੀ ਚੇਅਰਮੈਨ, ਇਹਨਾਂ ਨਾਲ ਵੀ ਗੱਲਬਾਤ। ਸਰ, ਕਿੱਦਾਂ ਤੁਹਾਨੂੰ ਮਹਿਸੂਸ ਹੋ ਰਿਹਾ ਬਿੱਲ ਬਾਰੇ?
ਦੇਖੋ ਜੀ, ਇਹ ਕੈਪਟਨ ਸਾਹਿਬ ਦੀ ਸਰਕਾਰ ਜਿਹੜੀ ਆ, ਕੈਪਟਨ ਸਾਹਿਬ ਦਾ ਇੱਕ ਮਜ਼ਬੂਤ ਇਰਾਦਾ ਹਮੇਸ਼ਾ ਪੰਜਾਬ ਪੱਖੀ, ਪੰਜਾਬ ਦੇ ਕਿਸਾਨਾਂ ਪੱਖੀ, ਪੰਜਾਬ ਦੇ ਲੋਕਾਂ ਪੱਖੀ ਰਿਹਾ। ਇੱਕ ਚੀਜ਼ ਆਪਾਂ ਦੇਖੀ ਆ, ਉਹਨਾਂ ਨੇ ਪਹਿਲਾਂ ਵੀ ਉਹਨਾਂ ਨੂੰ ਲੋਕ ਪਾਣੀਆਂ ਦਾ ਰਾਖਾ ਕਹਿੰਦੇ ਸੀ, ਅੱਜ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਉਹ ਪਾਣੀਆਂ ਦਾ ਨਹੀਂ, ਉਹ ਪੰਜਾਬੀਆਂ ਦਾ ਰਾਖਾ ਵੀ ਨਾਲ ਹੈ, ਉਹ ਕਿਸਾਨਾਂ ਦਾ ਰਾਖਾ ਵੀ ਨਾਲ ਹੈ। ਉਹਨਾਂ ਨੇ ਇਸ ਗੱਲ ਨੂੰ ਆਪਣੀ ਦ੍ਰਿੜਤਾ ਦੇ ਨਾਲ ਇਹ ਫੈਸਲਾ ਲੈ ਕੇ ਸਾਡੇ ਕਿਸਾਨਾਂ ਦੇ ਵਿੱਚ ਹੀ ਨਹੀਂ, ਮਜ਼ਦੂਰਾਂ ਦੇ, ਆਮ ਵਪਾਰੀਆਂ ਦੇ ਦਿਲਾਂ ਦੇ ਵਿੱਚ ਆਪਣੀ ਛਾਪ ਬਣਾਈ ਆ। ਬਹੁਤ ਬਹੁਤ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ, ਕਾਂਗਰਸ ਪਾਰਟੀ ਵੱਲੋਂ, ਬਲਾਕ ਸੰਮਤੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਵੱਲੋਂ ਵੀ, ਮੈਂ ਉਹਨਾਂ ਦਾ ਹਸਬੈਂਡ ਹੋਣ ਦੇ ਨਾਂ 'ਤੇ ਉਹਨਾਂ ਦਾ ਧੰਨਵਾਦ ਕਰਦਾ। ਸਮੁੱਚੀ ਬਲਾਕ ਸੰਮਤੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਉਹਨਾਂ ਨੇ ਆਪਣੀ ਦ੍ਰਿੜਤਾ ਦੇ ਨਾਲ ਇੱਕ ਪਾਰਟੀ ਨੂੰ ਐਡਾ ਵੱਡਾ ਪਲੇਟਫਾਰਮ ਦਿੱਤਾ ਹੋਇਆ। ਉਹਨਾਂ ਨੇ ਹਮੇਸ਼ਾ ਹੀ ਕਿਸਾਨਾਂ ਦੇ ਨਾਲ, ਪਹਿਲੇ ਦਿਨ ਤੋਂ ਹੀ ਜਦੋਂ ਵੀ ਉਹ ਮੁੱਖ ਮੰਤਰੀ ਬਣੇ ਆ, ਉਹਨਾਂ ਨੇ ਕਿਸਾਨਾਂ ਦੀ ਬਾਂਹ ਫੜੀ ਆ, ਮਜ਼ਦੂਰਾਂ ਦੀ ਬਾਂਹ ਫੜੀ। ਅੱਜ ਅਸੀਂ ਦੇਖਦੇ ਹਾਂ ਸ਼ਾਹਕੋਟ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਦੇ, ਆੜ੍ਹਤੀਆਂ ਦੇ, ਮਜ਼ਦੂਰਾਂ ਦੇ ਚਿਹਰਿਆਂ 'ਤੇ ਰੌਣਕ ਹੈ। ਇਹ ਜੋ ਉਹਨਾਂ ਨੇ ਅੱਜ ਮਤਾ ਪਾਸ ਕੀਤਾ, ਕਾਨੂੰਨ ਪਾਸ ਕੀਤਾ, ਉਹਨਾਂ ਨੇ ਹਮੇਸ਼ਾ ਆਪਣੇ ਆਪ ਨੂੰ ਰਿਸਕ ਵਿੱਚ ਲੈ ਕੇ, ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਜੋ ਵੀ ਫੈਸਲਾ ਪੰਜਾਬ ਦੀ ਵਫਾਦਾਰੀ ਵਾਸਤੇ ਕੀਤਾ, ਹਮੇਸ਼ਾ ਦ੍ਰਿੜਤਾ ਦੇ ਨਾਲ ਕੀਤਾ। ਅਸੀਂ ਸਮੁੱਚੀ ਕਿਸਾਨਾਂ ਵੱਲੋਂ, ਸਮੁੱਚੀ ਬਲਾਕ ਸੰਮਤੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੰਜਾਬ ਦਰਪਣ ਨਿਊਜ਼ ਲਈ ਸ਼ਾਹਕੋਟ ਤੋਂ ਗੌਤਮਪੁਰੀ ਅਤੇ ਮੌਂਟੀ ਅਰੋੜਾ ਦੀ ਵਿਸ਼ੇਸ਼ ਰਿਪੋਰਟ।